ਦੋਸਤੋ ਪੰਜਾਬ ਸਰਕਾਰ ਨੇ ਓਫੀਸ਼ੀਅਲ ਨਿਊਜ਼ ਜਿਹੜੀ ਉਹ ਜਾਰੀ ਕਰ ਦਿੱਤੀ ਹੈ ਕਿ ਪੰਜਾਬ ਪਟਵਾਰੀ ਦੀ ਜਿਹੜੀ ਜੋਬ ਵੈਕੈਂਸੀਆਂ ਦੀ ਅਨਾਊਂਸਮੈਂਟ ਹੋਣੀ ਸੀ ਉਹ ਜਨਵਰੀ ਦੇ ਲਾਸਟ ਵਾਲੀ ਡੇਟ ਵਿੱਚ ਅਨਾਊਂਸਮੈਂਟ ਹੋ ਜਾਵੇਗੀ। ਅਤੇ ਦੋਸਤੋ ਜੇ ਤੁਸੀਂ ਪੰਜਾਬ ਪਟਵਾਰੀ ਦਾ ਐਗਜ਼ਾਮ ਨੂੰ ਕਰੈਕ ਕਰਨਾ ਚਾਹੁੰਦੇ ਹੋ ਤਾਂ ਆਪਾਂ ਨੂੰ ਸਭ ਤੋਂ ਪਹਿਲਾਂ ਕੀ ਸਿਲੇਬਸ ਦਾ ਪਤਾ ਹੋਣਾ ਚਾਹੀਦਾ ਅਤੇ ਕਿਹੜੀ ਕਿਹੜੀ ਇੰਪੋਰਟੈਂਟ ਬੁੱਕਸ ਨੇ ਜਿਨ੍ਹਾਂ ਵਿੱਚ ਆਪਾਂ ਇਹ ਸਿਲੇਬਸ ਕਵਰ ਕਰ ਸਕਦੇ ਹਾਂ। ਦੋਸਤੋ ਕਿਸੇ ਵੀ ਇਗਜ਼ਾਮ ਦਾ ਆਪਾਂ ਨੂੰ ਸਿਲੇਬਸ ਅਤੇ ਇੰਪੋਰਟੈਂਟ ਬੁੱਕਸ ਦਾ ਪਤਾ ਹੈ ਜਿਨ੍ਹਾਂ ਵਿੱਚ ਆਪਾਂ ਇਹ ਸਿਲੇਬਸ ਕਲੀਅਰ ਕਰ ਸਕਦੇ ਹਾਂ ਤਾਂ ਕੋਈ ਵੀ ਆਪਾਂ ਨੂੰ ਇਗਜ਼ਾਮ ਕਰੈਕ ਕਰਨ ਤੋਂ ਨਹੀਂ ਰੋਕ ਸਕਦਾ। ਅਤੇ ਦੋਸਤੋ ਸਿਲੇਬਸ ਅਤੇ ਕਿਤਾਬਾਂ ਰਿਲੇਟਡ ਮੈਂ ਇੱਕ ਹੋਰ ਵੀਡੀਓ ਬਣਾ ਚੁੱਕਿਆ, ਉਹ ਪ੍ਰਾਈਵੇਟ ਬਟਨ 'ਤੇ ਤੁਹਾਨੂੰ ਸ਼ੋਅ ਕਰ ਰਹੀ ਹੈ, ਉਸ 'ਤੇ ਕਲਿੱਕ ਕਰੋਗੇ ਤਾਂ ਤੁਸੀਂ ਉਸ ਵੀਡੀਓ 'ਤੇ ਪਹੁੰਚ ਜਾਓਗੇ। ਉਸ ਵੀਡੀਓ ਵਿੱਚ ਮੈਂ ਚੰਗੀ ਤਰ੍ਹਾਂ ਸਮਝਾਇਆ ਹੋਇਆ ਕਿ ਸਿਲੇਬਸ ਕਿਹੜਾ ਕਿਹੜਾ ਹੁੰਦਾ, ਕਿੰਨੇ ਨੰਬਰਾਂ ਦਾ ਹੁੰਦਾ ਅਤੇ ਕਿਹੜੀ ਬੁੱਕਸ ਨੇ, ਅਤੇ ਸਪੈਸ਼ਲੀ ਉਹਨਾਂ ਦੀ ਫੋਟੋ ਵੀ ਲਾਈ ਹੋਈ ਹੈ ਇਹ ਬੁੱਕਸ ਦੀ ਤਾਂ ਕਿ ਤੁਹਾਨੂੰ ਪਰਚੇਜ਼ ਕਰਨ ਵਿੱਚ ਕੋਈ ਪ੍ਰੋਬਲਮ ਨਾ ਆਵੇ। ਅਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪਟਵਾਰੀ ਦੀ ਪ੍ਰੀਖਿਆ ਲਈ ਜਿਹੜਾ ਔਨਲਾਈਨ ਆਪਾਂ ਕਿਤਾਬਾਂ ਕਿਵੇਂ ਖਰੀਦ ਸਕਦੇ ਹਾਂ ਘਰ ਬੈਠੇ। ਦੋਸਤੋ ਜੇ ਤੁਸੀਂ ਔਨਲਾਈਨ ਇੱਕ ਲਿੰਕ ਥਰੂ ਔਡਰ ਕਰਦੇ ਹੋ ਤਾਂ ਵਿਦਿਨ 5 ਦਿਨਾਂ ਦੇ ਅੰਦਰ ਅੰਦਰ ਤੁਹਾਡੇ ਘਰ ਜਿਹੜੀ ਕਿ ਇਹ ਬੁੱਕਸ ਪਹੁੰਚ ਜਾਂਦੀਆਂ ਨੇ, ਜਿਹੜਾ ਕਿ ਬਾਜ਼ਾਰ ਦੇ ਨਾਲੋਂ ਬੁੱਕ ਡਿਪੂ 'ਚ ਆਪਾਂ ਬੁੱਕਸ ਖਰੀਦਦੇ ਹਾਂ ਉਸ ਰੇਟ ਨਾਲੋਂ ਕਾਫੀ ਘੱਟ ਰੇਟ 'ਤੇ ਆਪਾਂ ਨੂੰ ਔਨਲਾਈਨ ਜਿਹੜੀ ਇਹ ਕਿਤਾਬਾਂ ਮਿਲ ਜਾਂਦੀਆਂ ਨੇ। ਦੋਸਤੋ ਜ਼ਿਆਦਾ ਟਾਈਮ ਵੇਸਟ ਨਾ ਕਰਦੇ, ਆਪਾਂ ਗੱਲ ਕਰਦੇ ਹਾਂ ਤੁਸੀਂ ਪੰਜਾਬ ਪਟਵਾਰੀ ਦੀ ਬੁੱਕਸ ਹੈ ਜਿਹੜਾ ਔਨਲਾਈਨ ਔਡਰ ਕਿਵੇਂ ਕਰ ਸਕਦੇ ਹੋ। ਜਿਵੇਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ, ਸਭ ਤੋਂ ਪਹਿਲਾਂ ਕਰਨਾ ਕੀ ਹੈ, ਇੱਥੇ ਡਿਸਕ੍ਰਿਪਸ਼ਨ ਬਾਕਸ ਵਿੱਚ ਕਲਿੱਕ ਕਰਨਾ, ਤੁਸੀਂ ਇਹ ਤੁਹਾਨੂੰ ਸਾਈਨ ਦਿਖ ਰਿਹਾ ਹੋਵੇਗਾ। ਜਿਵੇਂ ਹੀ ਆਪਾਂ ਇਸ ਡਿਸਕ੍ਰਿਪਸ਼ਨ ਬਾਕਸ 'ਤੇ ਆਪਾਂ ਕਲਿੱਕ ਕਰਾਂਗੇ ਤਾਂ ਇਸ ਤਰ੍ਹਾਂ ਦੀ ਆਪਾਂ ਨੂੰ ਨੀਚੇ ਇੱਕ ਪੇਜ ਖੁੱਲ੍ਹ ਜਾਵੇਗਾ। ਹੁਣ ਤੁਸੀਂ ਡਿਸਕ੍ਰਿਪਸ਼ਨ ਬਾਕਸ ਵਿੱਚ ਬਲੂ ਅੱਖਰਾਂ ਵਿੱਚ ਇੱਕ ਲਿੰਕ ਦੇਖ ਰਹੇ ਹੋ, ਇਹ ਸਾਰੀਆਂ ਜਿਹੜੀ ਬੁੱਕਸ ਨੇ ਉਹਨਾਂ ਦੇ ਲਿੰਕ ਮੈਂ ਕ੍ਰੀਏਟ ਕੀਤੇ ਹੋਏ ਨੇ। ਸਾਰੇ ਇੰਪੋਰਟੈਂਟ ਬੁੱਕਸ ਦੇ ਲਿੰਕ ਤੁਹਾਨੂੰ ਇਸ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਣਗੇ। ਐਗਜ਼ਾਮਪਲ ਦੇ ਤੌਰ 'ਤੇ ਤੁਸੀਂ ਪੰਜਾਬ ਪਟਵਾਰੀ ਦੀ ਤਿਆਰੀ ਕਰ ਰਹੇ ਹੋ ਤਾਂ ਹਿਸਟਰੀ ਆਫ ਪੰਜਾਬ ਐਂਡ ਪੰਜਾਬ ਬਾਰੇ ਪੂਰੀ ਨੌਲੇਜ ਆਪਾਂ ਨੂੰ ਹੋਣੀ ਚਾਹੀਦੀ ਹੈ। ਉਸ ਲਈ ਸਭ ਤੋਂ ਬੈਸਟ ਬੁੱਕ ਜਿਹੜੀ ਸਾਡਾ ਪੰਜਾਬ ਨਾਮ ਦੀ ਬੁੱਕ ਲੇਟੈਸਟ ਐਡੀਸ਼ਨ ਹੈ ਜਿਹੜਾ, ਅਤੇ ਉਹ ਮਿਡਲ ਵਿੱਚ ਆਪਾਂ ਨੂੰ ਉਸਦਾ ਲਿੰਕ ਸ਼ੋਅ ਕਰ ਰਿਹਾ ਹੈ। ਅਤੇ ਇਸ 'ਤੇ ਜਿਵੇਂ ਹੀ ਮੈਂ ਕਲਿੱਕ ਕਰਾਂਗਾ ਸਾਡਾ ਪੰਜਾਬ ਬੁੱਕ ਨੂੰ ਖਰੀਦਣ ਵਾਸਤੇ, ਮੈਂ ਇਸ ਲਿੰਕ 'ਤੇ ਕਲਿੱਕ ਕਰਾਂਗਾ ਅਤੇ ਇਸ ਤਰ੍ਹਾਂ ਦਾ ਪੇਜ ਮੇਰੇ ਸਾਹਮਣੇ ਓਪਨ ਹੋ ਜਾਵੇਗਾ। ਹੁਣ ਕਰਨਾ ਕੁਛ ਨਹੀਂ ਹੈ, ਜਸਟ ਆਪਾਂ ਬਾਏ ਨਾਓ 'ਤੇ ਆਪਾਂ ਕਲਿੱਕ ਕਰਨਾ ਅਤੇ ਇਸ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਆਪਣੇ ਸਾਹਮਣੇ ਓਪਨ ਹੋ ਜਾਂਦਾ। ਹੁਣ ਜੇ ਤੁਹਾਡੇ ਕੋਲ ਆਪਣਾ ਪਾਸਵਰਡ ਐਮਾਜ਼ਨ ਦੀ ਜਿਹੜੀ ਆਈ ਡੀ ਬਣੀ ਹੋਈ ਹੈ ਉਹਦਾ ਪਾਸਵਰਡ ਹੈ ਤਾਂ ਇੱਥੇ ਫਿਲ ਕਰ ਦਿਓ, ਨਹੀਂ ਤਾਂ ਆਪਾਂ ਫੋਰਗੈਟ ਪਾਸਵਰਡ 'ਤੇ ਆਪਾਂ ਕਲਿੱਕ ਕਰ ਲਾਂਗੇ। ਇਸ ਤੋਂ ਬਾਅਦ ਤੁਹਾਨੂੰ ਆਪਣਾ ਮੋਬਾਈਲ ਨੰਬਰ ਫਿਲ ਕਰਨਾ ਪਵੇਗਾ, ਜਿਸ ਮੋਬਾਈਲ ਨੰਬਰ ਉੱਪਰ ਇਸ ਤਰ੍ਹਾਂ ਦਾ 6 ਅੱਖਰਾਂ ਦਾ ਓ ਟੀ ਪੀ ਆਵੇਗਾ ਅਤੇ ਓ ਟੀ ਪੀ ਆਪਾਂ ਨੂੰ ਇੱਥੇ ਇੰਟਰ ਕਰਨਾ ਪਵੇਗਾ। ਇਸ ਤੋਂ ਬਾਅਦ ਆਪਾਂ ਕੰਟੀਨਿਊਸ 'ਤੇ ਕਲਿੱਕ ਕਰ ਦਾਂਗੇ। ਸਭ ਤੋਂ ਪਹਿਲਾਂ ਉੱਪਰ ਆਪਾਂ ਨਵਾਂ ਪਾਸਵਰਡ ਲਿਖਣਾ, ਉਸ ਤੋਂ ਬਾਅਦ ਨੀਚੇ ਪਾਸਵਰਡ ਲਿਖਣਾ, ਇਸ ਤੋਂ ਬਾਅਦ ਸੇਵ ਚੇਂਜਸ 'ਤੇ ਕਲਿੱਕ ਕਰਾਂਗੇ। ਇਸ ਤੋਂ ਬਾਅਦ ਆਪਾਂ ਨੂੰ ਆਪਣਾ ਐਡਰੈਸ, ਫੁੱਲ ਨੇਮ ਲਿਖਣਾ, ਸਭ ਤੋਂ ਪਹਿਲਾਂ ਆਪਣਾ ਨਾਮ ਕੀ ਹੈ, ਮੋਬਾਈਲ ਨੰਬਰ, ਪਿੰਨ ਕੋਡ ਪਾਉਣਾ ਆਪਣੇ ਏਰੀਏ ਦਾ ਅਤੇ ਆਪਣਾ ਜੋ ਵੀ ਐਡਰੈਸ ਪੈਂਦਾ ਨੇੜੇ ਦਾ, ਘਰ ਨੰਬਰ ਹੈ, ਵਾਰਡ ਨੰਬਰ ਹੈ, ਜੋ ਵੀ ਆਪਣਾ ਨੇੜੇ ਦੇ ਏਰੀਆ ਕਲੋਨੀ ਵੱਸਦੀ ਆ ਆਪਾਂ ਸਾਰਾ ਕੁਝ ਇੱਥੇ ਫਿਲ ਕਰ ਲਾਂਗੇ। ਐਡਰੈਸ ਫਿਲ ਕਰਨ ਤੋਂ ਬਾਅਦ ਆਪਾਂ ਕੰਟੀਨਿਊਸ 'ਤੇ ਕਲਿੱਕ ਕਰਾਂਗੇ ਅਤੇ ਆਪਾਂ ਨੂੰ ਕੋਲ ਪੇਮੈਂਟ ਦਾ ਆਪਸ਼ਨ ਆ ਜਾਵੇਗਾ, ਆਪਾਂ ਪੇਮੈਂਟ ਕਿਵੇਂ ਕਰਨੀ ਹੈ। ਜੇ ਤੁਹਾਡੇ ਕੋਲ ਯੂ ਪੀ ਆਈ ਐਪ ਹੈਗੀ ਹੈ ਤਾਂ ਉਸ ਥਰੂ ਵੀ ਕਰ ਸਕਦੇ ਹੋ, ਜੇ ਤੁਹਾਡੇ ਕੋਲ ਡੈਬਿਟ ਕਾਰਡ, ਆਪਣਾ ਏ ਟੀ ਐੱਮ ਕਾਰਡ ਹੈ ਤਾਂ ਉਸ ਥਰੂ ਵੀ ਪੇਮੈਂਟ ਕਰ ਸਕਦੇ ਹੋ, ਜੇ ਨੈੱਟ ਬੈਂਕਿੰਗ ਹੈ ਤੁਹਾਡੇ ਕੋਲ ਉਸ ਤਰ੍ਹਾਂ ਵੀ ਤੁਸੀਂ ਪੇਮੈਂਟ ਕਰ ਸਕਦੇ ਹੋ। ਜੇ ਤੁਸੀਂ ਚਾਹੋ ਤਾਂ ਕੈਸ਼ ਔਨ ਡਿਲੀਵਰੀ, ਮਤਲਬ ਜਦੋਂ ਤੁਹਾਡੇ ਘਰ ਬੁੱਕ ਆਵੇਗੀ ਉਦੋਂ ਉਸਨੂੰ ਪੈਸੇ ਫੜਾਓ ਅਤੇ ਜਿਹੜਾ ਆਪਣੇ ਬੁੱਕ ਨੂੰ ਖਰੀਦ ਲਿਓ। ਹੁਣ ਐਗਜ਼ਾਮਪਲ ਦੇ ਤੌਰ 'ਤੇ ਮੇਰੇ ਕੋਲ ਏ ਟੀ ਐੱਮ ਕਾਰਡ ਹੈ ਤਾਂ ਮੈਂ ਏ ਟੀ ਐੱਮ ਕਾਰਡ 'ਤੇ ਕਲਿੱਕ ਕਰਾਂਗਾ ਅਤੇ ਏ ਟੀ ਐੱਮ ਕਾਰਡ 'ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਮੇਰੇ ਜਿਹੜਾ ਨੇਮ ਹੋਵੇਗਾ ਇੱਥੇ ਇਹ, ਇਸ ਤੋਂ ਬਾਅਦ ਮੈਂ ਆਪਣੇ ਏ ਟੀ ਐੱਮ ਕਾਰਡ 'ਤੇ ਇੱਕ 12 ਪਤਾ ਨਹੀਂ 14 ਅੱਖਰਾਂ ਦਾ ਇੱਕ ਨੰਬਰ ਹੁੰਦਾ ਉਹ ਇੱਥੇ ਫਿਲ ਕਰ ਲਾਂਗਾ ਅਤੇ ਏ ਟੀ ਐੱਮ ਕਾਰਡ 'ਤੇ ਹੀ ਐਕਸਪਾਇਰੀ ਮੰਥ ਅਤੇ ਐਕਸਪਾਇਰੀ ਈਅਰ ਲਿਖਿਆ ਹੁੰਦਾ ਉਹ ਇੱਥੇ ਫਿਲ ਕਰ ਸਿਲੈਕਟ ਕਰ ਲਾਂਗਾ ਅਤੇ ਐਡ ਯੂਅਰ ਕਾਰਡ 'ਤੇ ਆਪਾਂ ਕਲਿੱਕ ਕਰ ਲਾਂਗੇ। ਬਟ ਦੋਸਤੋ ਜੇ ਤੁਸੀਂ ਕੈਸ਼ ਔਨ ਡਿਲੀਵਰੀ ਪੇਮੈਂਟ ਕਰਨਾ ਚਾਹੁੰਦੇ ਹੋ, ਮਤਲਬ ਜਦੋਂ ਬੁੱਕ ਤੁਹਾਡੇ ਘਰ ਆ ਜਾਂਦੀ ਹੈ ਉਸ ਟਾਈਮ ਹੀ ਆਪਾਂ ਪੈਸੇ ਦੇ ਕੇ ਬੁੱਕ ਨੂੰ ਪਰਚੇਜ਼ ਕਰ ਲੈਣਾ ਚਾਹੁੰਦੇ ਤਾਂ ਆਪਾਂ ਪੇ ਔਨ ਡਿਲੀਵਰੀ 'ਤੇ ਕਲਿੱਕ ਕਰ ਲਾਂਗੇ। ਨੀਚੇ ਆਪਾਂ ਚੈੱਕ ਕਰ ਸਕਦੇ ਹਾਂ ਇਸ ਦਾ ਆਪਸ਼ਨ ਅਤੇ ਇਸ ਤੋਂ ਬਾਅਦ ਕਰਨਾ ਕੁਛ ਨਹੀਂ ਹੈ, ਜਸਟ ਆਪਾਂ ਚੈੱਕ ਕਰ ਲੈਂਦੇ ਇੱਥੇ ਕਿ ਜਿਵੇਂ ਕਿ ਅੱਜ 3 ਜਾਂ 4 ਤਰੀਕ ਹੈ ਅਤੇ 9 ਜਨਵਰੀ ਤੋਂ ਲੈ ਕੇ 10 ਜਨਵਰੀ ਤੱਕ ਇਹ ਮੇਰੇ ਕੋਲ ਘਰ ਔਡਰ ਹੋ ਜਾਵੇਗੀ ਅਤੇ ਟੋਟਲ ਅਮਾਊਂਟ ਮੈਨੂੰ 483 ਰੁਪਏ ਇਸ ਦੇਣੇ ਪੈਣਗੇ। ਅਤੇ ਜੇ ਮੈਂ ਬੁੱਕ ਸਟੋਰ ਤੋਂ ਇਹ ਖਰੀਦਦਾ ਬੁੱਕ ਤਾਂ 550 ਦੀ ਬੁੱਕ ਮੈਨੂੰ ਇਹ ਪੈਂਦੀ ਹੈ। ਹੁਣ ਬਸ ਆਪਾਂ ਪਲੇਸ ਯੂਅਰ ਔਡਰ 'ਤੇ ਆਪਾਂ ਕਲਿੱਕ ਕਰ ਦਾਂਗੇ ਤਾਂ ਜਿਹੜਾ ਕਿ ਆਪਣਾ ਬੁੱਕ ਹੈ ਉਹ ਆਪਾਂ ਔਡਰ 'ਤੇ ਦੇ ਦਿੱਤੀ ਹੈ। ਹੁਣ ਆਪਾਂ ਇਸ ਦੀ ਲੋਕੇਸ਼ਨ ਵੀ ਟਰੈਕ ਕਰ ਸਕਦੇ ਹਾਂ ਕਿ ਕਿੰਨੇ ਦਿਨਾਂ ਵਿੱਚ ਆ ਰਹੀ ਹੈ, ਕਿੱਥੇ ਆ ਗਈ ਹੈ ਆਲਰੇਡੀ ਇਹ। ਅਤੇ ਇਸ ਤੋਂ ਬਾਅਦ ਆਪਾਂ ਕਰਨਾ ਕੁਛ ਨਹੀਂ, ਜਸਟ ਪੰਜ ਕੁ ਦਿਨ ਵੇਟ ਕਰਨੀ ਹੈ ਅਤੇ 5 ਕੁ ਦਿਨਾਂ ਵਿੱਚ ਜਿਹੜੀ ਇਹ ਬੁੱਕ ਆਪਣੇ ਘਰ ਔਡਰ ਕਰ ਦਿੱਤੀ ਜਾਵੇਗੀ ਅਤੇ ਆਪਾਂ ਪੰਜਾਬ ਪਟਵਾਰੀ ਦੇ ਐਗਜ਼ਾਮ ਦੀ ਤਿਆਰੀ ਆਪਾਂ ਸਟਾਰਟ ਕਰ ਦੇਣੀ ਹੈ। ਵੀ ਸਵਾਲ ਹੈ ਤੁਹਾਡੇ ਮਨ ਵਿੱਚ ਜਾਂ ਕੋਈ ਦਿੱਕਤ ਆਉਂਦੀ ਹੈ ਇਸ ਨੂੰ ਪਰਚੇਜ਼ ਕਰਨ ਵਿੱਚ, ਇਸ ਨੂੰ ਬੁੱਕ ਨੂੰ ਖਰੀਦਣ ਵਿੱਚ, ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ, ਮੈਂ ਤੁਹਾਡੀ ਹੈਲਪ ਜ਼ਰੂਰ ਕਰਾਂਗਾ। ਅਤੇ ਦੋਸਤੋ ਜੇ ਵੀਡੀਓ ਬੈਲ